मैं किरण दी पंजाब टाइम्स टीवी दे विच तुहाडा स्वागत करदी हां। ਉਹ ਬੜਾ ਦੁਖਦਾਈ ਵਿਸ਼ਾ ਹੈ। ਦੁਖਦਾਈ ਇਸ ਕਰਕੇ ਹੈ ਕਿ ਪਿਛਲੇ ਦਿਨੀ ਬੜੇ ਮਾਣ ਨਾਲ ਇਹ ਗੱਲ ਸੁਣੀ ਜਾਂਦੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਦੀ ਧਰਮ ਪ੍ਰਚਾਰ ਕਮੇਟੀ ਆ ਉਹਦੇ ਵੱਲੋਂ ਲੁਧਿਆਣੇ ਦੇ ਵਿੱਚ ਇੱਕ ਬੜਾ ਵਧੀਆ ਕੀਰਤਨ ਦਰਬਾਰ ਆਯੋਜਿਤ ਕੀਤਾ ਜਾ ਰਿਹਾ ਰਿਸ਼ੀ ਨਗਰ ਦੇ ਵਿੱਚ। ਉਸ ਨੂੰ ਜੇ ਕੇਵਲ ਨਿਰੋਲ ਧਾਰਮਿਕ ਰੱਖਿਆ ਜਾਂਦਾ, ਧਰਮ ਦੇ ਫਲਸਫੇ ਨੂੰ ਵਧਾਉਣ ਦੀ ਗੱਲ ਕੀਤੀ ਜਾਂਦੀ, ਸਿੱਖੀ ਦੇ ਫਲਸਫੇ ਨੂੰ ਵਧਾਉਣ ਦੀ ਗੱਲ ਕੀਤੀ ਜਾਂਦੀ, ਪਤਤਪੁਣੇ ਨੂੰ ਰੋਕਣ ਦੀ ਗੱਲ ਕੀਤੀ ਜਾਂਦੀ, ਨਸ਼ਿਆਂ ਦੇ ਰੁਝਾਨ ਨੂੰ ਰੋਕਣ ਜਾਂਦੀ, ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਦੀ ਗੱਲ ਕੀਤੀ ਜਾਂਦੀ, ਤਾਂ ਇੱਕ ਬਹੁਤ ਵਧੀਆ ਕਾਜ ਸੀ। ਪਰ ਦੁੱਖ ਉਦੋਂ ਹੋਇਆ ਜਦੋਂ ਸਰਦਾਰ ਅਵਤਾਰ ਸਿੰਘ ਜੀ ਮੱਕੜ ਨੇ ਉਹਨੂੰ ਇੱਕ ਰਾਜਸੀਕਰਨ ਕਰਦਿਆਂ ਇੱਕ ਘੰਟਾ ਕੂੜ ਦਾ ਪ੍ਰਚਾਰ ਕੀਤਾ, ਜਿਸ ਵਿੱਚ ਉਹ ਬੋਲਦੇ ਬੋਲਦੇ ਇਹ ਵੀ ਗੱਲਾਂ ਭੁੱਲ ਗਏ ਕਿ ਧਾਰਮ ਗੁਰੂ ਸਾਹਿਬ ਦੀ ਮਰਿਆਦਾ, ਗੁਰੂ ਸਾਹਿਬ ਦਾ ਸਤਿਕਾਰ ਦੇ ਲਈ ਲਫ਼ਜ਼ ਕੀ ਵਰਤੇ ਜਾਂਦੇ ਆ, ਉਹ ਆਪਣੀ ਈਗੋ ਨੂੰ ਪ੍ਰਗਟ ਕਰਦਿਆਂ ਹੋਇਆਂ ਸਰਨਾ ਭਰਾਵਾਂ ਦੇ ਖਿਲਾਫ਼ ਇੱਥੋਂ ਤੱਕ ਬੋਲ ਗਏ ਕਿ ਸਾਰੇ ਸੰਸਾਰ ਨੇ ਜਿਸ ਨੂੰ ਲਾਈਵ ਦੇਖਿਆ, ਜਿਹੜਾ ਕਿ ਸਭ ਤੋਂ ਸਿੱਖਾਂ ਲਈ ਬੜੀ ਮਾਣ ਮੱਤੇ ਵਾਲੀ ਗੱਲ ਆ, ਸੰਸਾਰ ਭਰ ਦੇ ਲੋਕਾਂ ਨੇ ਉਸ ਨੂੰ ਸਹਿਲਾਇਆ, ਜਿਹੜੀ ਕਿ 1,00,000 ਸਮਥਿੰਗ ਕਿਲੋਮੀਟਰ ਤੋਂ ਚੱਲ ਕੇ ਆਈ ਮਸ਼ਾਲ ਦਾ ਜੋ ਸਵਾਗਤ ਗੁਰਦੁਆਰਾ ਰਕਾਬਗੜ੍ਹ ਸਾਹਿਬ ਵਿਖੇ ਤੇ ਕੀਤਾ ਗਿਆ, ਉਸ ਦਾ ਸ਼ਾਨਾ ਮਤਾ ਸਵਾਗਤ ਨਾ ਹਿੰਦੁਸਤਾਨ ਦੀ ਸਰਕਾਰ ਕਰ ਸਕੀ, ਨਾ ਪੰਜਾਬ ਦੀ ਸਰਕਾਰ ਕਰ ਸਕੀ, ਨਾ ਦਿੱਲੀ ਦੀ ਸਰਕਾਰ ਕਰ ਸਕੀ, ਅਤੇ ਨਾ ਕੋਈ ਹੋਰ ਜਥੇਬੰਦੀ ਕਰ ਸਕੀ। ਉਹ ਐਡਾ ਵੱਡਾ ਮਾਣ ਸਨਮਾਨ ਜੋ ਮਿਲਿਆ, ਉਸ ਤੋਂ ਬਖਲਾਹਟ ਦੇ ਵਿੱਚ ਆ ਕੇ ਸਰਦਾਰ ਅਵਤਾਰ ਸਿੰਘ ਮੱਕੜੇ ਭੁੱਲ ਗਿਆ ਕਿ ਮੈਂ ਧਾਰਮਿਕ ਸਟੇਜ ਤੋਂ ਬੋਲਦਾ। ਉਹਨੇ ਸਿੱਧੀਆਂ ਗਾਲਾਂ ਸਰਨਾ ਭਰਾਵਾਂ ਨੂੰ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਕਾਂਗਰਸ ਦੇ ਏਜੰਟ ਹੈ ਜੀ, ਉਹਨਾਂ 'ਤੇ ਤਾਂ ਨੀਕਰਾਂ ਪਾਈਆਂ ਸੀਗੀਆਂ ਜੀ, ਇਹ ਤਾਂ ਉਹਨਾਂ ਨੇ ਫਲਾਣ ਕੀਤਾ ਸੀਗਾ ਜੀ, ਧਮਕਾਣ ਕੀਤਾ ਸੀ। ਧਰਮ ਪ੍ਰਚਾਰ ਦਾ ਪੈਸਾ ਜਿਹੜਾ ਅੱਜ ਦੂਜੇ ਦੇ ਵਿੱਚ ਖਬਰ ਵੀ ਲੱਗੀ ਹੋਈ ਹੈ ਸਪੋਕਸਮੈਨ ਦੇ ਵਿੱਚ, ਵੀ ਉਹਨਾਂ ਦਾ ਸਵਾਗਤ ਕਰਕੇ ਸਿੱਖੀ ਦੀ ਗੋਰਖ ਦਾ ਨੁਕਸਾਨ ਕੀਤਾ। ਮੈਂ ਪੁੱਛਣਾ ਚਾਹੁੰਦਾ ਅਵਤਾਰ ਸਿੰਘ ਮੱਕੜ ਨੂੰ, ਭੁੱਲ ਜਾਂਦਾ ਉਹ ਵਿਚਾਰਾ, ਪਤਾ ਨਹੀਂ ਕੀ ਗੱਲ ਆ, ਉਹਦੇ ਵਜਨ ਹੀ ਇੰਨਾ ਕੁ ਆ ਗਿਆ ਕਿ ਜਦੋਂ ਦਰਬਾਰ ਸਾਹਿਬ ਵਿੱਚ ਮਸ਼ਾਲ ਆਈ ਆ, ਆਪਾਂ ਸਵਾਗਤ ਕਰ ਰਹੇ ਸੀ, ਆਪਣੇ ਕਿਹੜੀ ਨਿੱਕਰ ਪਾਈ ਹੋਈ ਸੀ, ਅਤੇ ਉਦੋਂ ਗੁਰੂ ਦੀ ਗੋਲਕ ਨਹੀਂ ਖਰਚ ਹੋਈ। ਜੇ ਆਪਾਂ ਕੋਈ ਸਵਾਗਤ ਪ੍ਰਾਪਤ ਕਰ ਨਹੀਂ ਸਕੇ, ਸਿੱਖ ਸੰਗਤਾਂ ਤੋਂ ਨਾਰਾਜ਼ ਹੋ ਚੁੱਕੀਆਂ, ਤੁਸੀਂ ਸਿੱਖੀ ਦਾ ਕਾਜ ਛੱਡ ਗਏ ਹੋ, ਤਾਂ ਜੇ ਸਿੱਖ ਜਿਹੜੇ ਜਿਹਨੂੰ ਪਿਆਰ ਕਰਦੇ ਜਾਂ ਸਿੱਖੀ ਦੀ ਗੱਲ ਕਰਦਾ, ਤਾਂ ਉਦੋਂ ਆਪਾਂ ਬਖਲਾੜ ਚ ਆਈ ਜਾਂਦੇ ਹਾਂ। ਫਿਰ ਪੰਜਾਬ ਸਰਕਾਰ ਨਹੀਂ ਕਰ ਸਕੀ, ਪੰਜਾਬ ਸਰਕਾਰ ਨੇ ਵੀ ਬੜਾ ਵੱਡਾ ਜ਼ੋਰ ਲਾਇਆ, ਉਹਨਾਂ ਨੇ ਕਰਕੇ ਸੰਸਾਰ ਪੱਧਰ ਤੇ ਜਿਹੜੀ ਪ੍ਰਸਿੱਧੀ ਲਈ ਹੈ, ਪੰਜਾਬ ਹਿੰਦੁਸਤਾਨ ਦੀ ਗੌਰਮੈਂਟ ਨੇ ਵਧਾਈ ਦਿੱਤੀ ਹੈ, ਦਿੱਲੀ ਦੀ ਸਰਕਾਰ ਨੇ ਵਧਾਈ ਦਿੱਤੀ ਹੈ, ਬਾਕੀ ਸਟੇਟਾਂ ਦੀਆਂ ਸਰਕਾਰਾਂ ਨੇ ਵਧਾਈ ਦਿੱਤੀ ਹੈ, ਸੰਸਾਰ ਭਰ ਦੀਆਂ ਜਥੇਬੰਦੀਆਂ ਨੇ ਵਧਾਈ ਦਿੱਤੀ ਹੈ ਕਿ ਤੁਸੀਂ ਬਹੁਤ ਵੱਡਾ ਕਾਜ ਕੀਤਾ, ਅਤੇ ਅਵਤਾਰ ਸਿੰਘ ਮੱਕੜ ਇਹ ਗੱਲਾਂ ਕਹੇ, ਇਹ ਹੱਥ ਨਿੰਦਣਯੋਗ ਨੇ। ਅਤੇ ਦੂਜੀ ਸਭ ਤੋਂ ਵੱਡੀ ਸਾਨੂੰ ਦੁਖਦਾਈ ਗੱਲ ਇਹ ਹੋਈ ਹੈ ਕਿ ਜਿਹੜਾ ਧਰਮ ਨਿਰਪੱਖ ਜਿਹਨੂੰ ਆਪਾਂ ਕਹਿੰਦੇ, ਹਿੰਦੁਸਤਾਨ ਦੇ ਕਾਇਦੇ ਕਾਨੂੰਨ ਵਿੱਚ ਸਰਕਾਰ ਦਾ ਚੱਲਣ ਵਾਲਾ ਟੀਵੀ ਜਿਹੜਾ DD ਪੰਜਾਬੀ ਜਲੰਧਰ ਹੈ, ਉਹ ਲਾਈਵ ਕਰ ਰਿਹਾ ਸੀ। ਉਸ ਲਾਈਵ ਦੇ ਉੱਤੋਂ ਇੱਕ ਪਾਸੇ ਤਾਂ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਕਿ ਅਸੀਂ ਸੰਸਾਰ ਪੱਧਰ ਤੇ ਸਾਡੇ ਹਿੰਦੁਸਤਾਨ ਦੀ ਵੱਡੀ ਦਿੱਖ ਪੈਦਾ ਹੋਵੇ, ਅਤੇ ਉਹਦੇ ਉੱਤੇ ਉਸਦੇ ਕੂੜ ਪ੍ਰਚਾਰ ਨੂੰ ਜਿਹੜਾ ਲਾਈਵ ਦਿਖਾ ਰਿਹਾ, ਇਹ ਜਿਹੜੀ ਕਿ ਅੱਤ ਨਿੰਦਣਯੋਗ ਹੈ। ਤਾਂ ਸਾਨੂੰ ਇਸ ਗੱਲ ਦਾ ਬੜਾ ਗੁੱਸਾ ਵੀ ਹੈ, ਮਨਾਂ ਦੇ ਵਿੱਚ ਭਰੇ ਪਏ ਨੇ ਪਾਰਟੀ ਵੱਲੋਂ ਵੀ, ਸਿੱਖਾਂ ਦੇ ਮਨਾਂ ਦੇ ਵਿੱਚ ਵੀ ਇਸ ਗੱਲ ਦਾ ਹੋਇਆ ਕਿ ਕੂੜ ਦਾ ਪ੍ਰਚਾਰ ਜਿਹੜਾ ਚੰਦ ਪੈਸਿਆਂ ਦੀ ਖਾਤਰ ਕਰਵਾਇਆ ਸੀ, ਜਿਹੜਾ DD ਦਾ ਆਪਣਾ ਜਿਹੜਾ ਚੈਨਲ ਦਾ ਜਿਹੜਾ ਡਾਇਰੈਕਟਰ ਹੈ, ਅਸੀਂ ਉਹਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਹਾਂ, ਅਵਤਾਰ ਸਿੰਘ ਮੱਕੜ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਗੁਰੂ ਦੀ ਹਾਜ਼ਰੀ ਵਿੱਚ ਜਿਸ ਤਰ੍ਹਾਂ ਦਾ ਕੂੜ ਪ੍ਰਚਾਰ ਅਵਤਾਰ ਸਿੰਘ ਮੱਕੜ ਨੇ ਕੀਤਾ, ਅਤੇ ਉਸ ਤੋਂ ਵੱਡੀ ਗਲਤੀ ਦੂਰਦਰਸ਼ਨ ਨੇ ਜਿਹੜੀ ਸੰਸਾਰ ਭਰ ਦੇ ਸਿੱਖਾਂ ਨੂੰ ਦਿਖਾ ਕੇ ਕੀਤੀ ਹੈ। ਸਾਡੇ ਹਿਰਦੇ ਉਨ੍ਹਾਂ ਚਿਰ ਸ਼ਾਂਤ ਨਹੀਂ ਹੁੰਦੇ ਜਿੰਨਾ ਚਿਰ ਉਹ ਪਬਲਿਕ ਕਰੇ ਮਾਫ਼ੀ ਨਹੀਂ ਮੰਗਦੇ। ਅਸੀਂ ਇਸ ਲਈ ਹਿੰਦੁਸਤਾਨ ਦੀ ਸਰਕਾਰ ਦੇ ਜਿਹੜੇ ਸਾਡੇ ਮਿਨਿਸਟਰ ਨੇ ਸ਼੍ਰੀਮਤੀ ਅੰਬਿਕਾ ਸੋਨੀ ਜੀ, ਅਸੀਂ ਉਹਨਾਂ ਨੂੰ ਵੀ ਲਿਖ ਰਹੇ ਹਾਂ, ਅਸੀਂ ਉਹਨਾਂ ਨੂੰ ਡੈਪੂਟੇਸ਼ਨ ਲੈ ਕੇ ਵੀ ਮਿਲਾਂਗੇ, ਅਸੀਂ ਦੂਰਦਰਸ਼ਨ ਦੇ ਡਾਇਰੈਕਟਰ ਨੂੰ ਵੀ ਚਿੱਠੀ ਲਿਖ ਰਹੇ ਹਾਂ ਵੀ ਜੇ ਉਹਨੇ 10 ਦਿਨਾਂ ਦੇ ਵਿੱਚ ਇਹ ਮਾਫ਼ੀ ਨਾ ਮੰਗੀ, ਅਵਤਾਰ ਸਿੰਘ ਮੱਕੜ ਨਾ ਮੰਗੀ, ਤਾਂ ਅਸੀਂ ਇਹਨਾਂ ਦਾ ਘਿਰਾਓ ਵੀ ਕਰਾਂਗੇ, ਪ੍ਰਦਰਸ਼ਨ ਵੀ ਕਰਾਂਗੇ, ਅਤੇ ਅਸੀਂ ਇਹਨਾਂ ਨੂੰ ਮਜਬੂਰ ਕਰ ਦਿਆਂਗੇ ਕਿ ਇਹੋ ਜਿਹੀਆਂ ਗਲਤ ਪਿਰਤਾਂ ਪੈਣ ਤੋਂ ਅੱਗੇ ਰੋਕ ਕੇ ਇਸ ਨੂੰ ਸਹੀ ਤਰੀਕੇ ਨਾਲ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਪੰਜਾਬ ਟਾਈਮਸ TV ਤੁਹਾਨੂੰ ਸਮਾਜ ਦੇ ਹੋਰ ਵੀ ਪਹਿਲੂਆਂ ਬਾਰੇ ਜਾਣੂ ਕਰਵਾਉਂਦਾ ਰਹੇਗਾ, ਸੋ ਦੇਖਦੇ ਰਹੋ ਪੰਜਾਬ ਟਾਈਮਸ TV।